कोई वर्षा ही नहीं हुई, वो किसी के रहने काम ही नहीं आए, तो सारा कुछ उसारिया होया, कीती हुई सजावट, लगे हुए बड़े बड़े दरवाजे किसी काम आने वाली नहीं है। उच्चे हेत प्यार जिस घर के रहन का असल में प्यार ही नहीं है, तो मर्द की बचत कर रहे हैं, मर बाहर ही भटकता रहा है, जिंदगी सारी बाहर ही गुजार रही है। लोभ लालच ही है, अहंकार ही है, हर किसी के नाल ईर्खा बुराई की भावना ही अंदर नहीं फिरते हाँ, तो मालक की बचत कर रहे ने। ਇਹ ਸਰੀਰ ਸੰਗਲੋਂ ਮਿੱਟੀ ਹੈ, ਕੋਈ ਕਦਰ ਕੀਮਤ ਪੈਣ ਵਾਲੀ ਨਹੀਂ ਹੈ। ਪ੍ਰੇਮ ਹਿਰਦੇ ਵਿੱਚ ਹੋਏ ਤਾਂ ਹੀ ਇਹ ਸਰੀਰ ਮਨੁੱਖਾ ਜੀਵਨ ਦੇ ਵਿੱਚ ਆਇਆ ਹੋਇਆ ਪ੍ਰਵਾਨ ਹੈ। ਇਸ ਕਰਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸ਼ਬਦ ਨਾਲ ਜੁੜ ਕੇ ਮਿਆਂ ਦੇ ਨਾਲ ਤੇਰਾ ਸੱਚਮੁੱਚ ਪ੍ਰੇਮ ਵਾਲਾ ਵਿਹਾਰ ਬਣ ਜਾਏਗਾ। ਇਸ ਕਰਕੇ ਜ਼ਿੰਦਗੀ ਅੰਦਰ ਆਪਣੇ ਹਿਰਦੇ ਵਿੱਚ ਪ੍ਰੇਮ ਪੈਦਾ ਕਰਨਾ ਬੜਾ ਜ਼ਰੂਰੀ ਹੈ। ਪ੍ਰੇਮ ਤੋਂ ਬਿਨਾਂ ਸਾਰੀ ਜ਼ਿੰਦਗੀ ਵਿਅਰਥ ਹੈ। ਸਤਿਗੁਰੂ ਜੀ ਨੇ ਫਿਰ ਇਹੀ ਬਚਨ ਕੀਤੇ ਨੇ, ਤੂੰ ਮਾਲਕ ਦੇ ਨਾਮ ਦੇ ਧਨ ਇਕੱਠਾ ਕਰ, ਪ੍ਰੀਤ ਦੇ ਨਾਲ ਚੰਗੇ ਗੁਣਾਂ ਦਾ ਧਨ ਆਪਣੇ ਹਿਰਦੇ ਵਿੱਚ ਪ੍ਰੇਮ ਦੇ ਨਾਲ ਸੰਭਾਲ ਕੇ ਰੱਖ। ਇਹ ਗੁਰੂ ਦੀ ਬਖਸ਼ੀ ਹੋਈ ਤੈਨੂੰ